No, passo yaar ja. ਲੈ ਚੇਅਰਮੈਨ ਦੇਖ ਲੈ ਇਹਨਾਂ ਦਾ। ਓਏ ਡਿਪਾਰਟਮੈਂਟ ਕਿਹੜਾ ਤੇਰਾ ਓਏ, ਆਪਣਾ ਆਈ ਕਾਰਡ ਵਿਖਾ। ਉਹ ਸੁਣਿਆ ਨਹੀਂ ਤੈਨੂੰ, ਆਈਡੀ ਕਾਰਡ ਕੱਢ। ਖੜ ਜਾ, ਨਹੀਂ ਗੋਲੀ ਕਰ ਦੂੰ ਵਿੱਚ ਦੀ। ਉਹ ਦੇਖਦੇ ਕੀ ਹੋ, ਚੱਕ ਲਓ ਸਾਲੇ ਨੂੰ। ਓ ਬਾਈ ਬਚਾ ਲਾ ਓਏ, ਨਹੀਂ ਰਗੜ ਦੇਣਗੇ ਮੈਨੂੰ। ਉਹ ਹੁਣ ਆ ਕੌਣ ਆ? ਹੱਥ ਪਾਉਣ ਤੋਂ ਪਹਿਲਾਂ ਇੱਕ ਗੱਲ ਸੋਚ ਲਿਓ, ਗਾਂਧੀ ਆ ਮੈਂ, ਖੰਨੇ ਵਾਲਾ। ਕੀ ਗੱਲ ਹੋ ਗਈ, ਸੱਟ ਸੁੱਟ ਤਾਂ ਨਹੀਂ ਲੱਗੀ? ਓਏ ਹੋਇਆ ਕੀ ਸੀ? ਉਹ ਹੋਣਾ ਕੀ ਹੈ ਜਨਾਬ, ਇੱਕ ਤੇ ਮੇਰੀ ਗੱਡੀ ਬੰਨਤੀ। ਅੱਛਾ, ਉੱਤੋਂ ਇੰਨੀ ਸੋਹਣੀ ਨੱਡੀ ਬੰਨਤੀ ਤੇ ਉੱਤੋਂ ਅੱਖਾਂ ਪਏ ਕਰਦੇ ਆ। ਕੋਈ ਨੀ, ਦੇਖਦਾ ਮੈਂ ਇਹਨਾਂ ਨੂੰ। ਹਾਂ, ਸਵੇਰੇ ਸਵੇਰੇ ਕਿੱਥੋਂ ਦਾਰੂ ਪੀ ਕੇ ਆਏ ਹੋ? ਐਕਸੀਡੈਂਟ ਕਰਕੇ ਭੱਜਦੇ ਹੋ, ਕਾਗਜ਼ ਕੱਢੋ ਕਾਗਜ਼। ਜਨਾਬ ਸਾਡੀ ਕੋਈ ਗਲਤੀ ਨਹੀਂ, ਉਹੀ ਪੁੱਠੇ ਪਾਸਿਓਂ ਆ ਕੇ ਵਿੱਚ ਵੱਜਿਆ। ਸਾਲਿਆ ਮੈਂ ਤੇਰੇ ਪੁੱਠੇ ਹੱਥ ਦੀ ਮਾਰਨੀ ਆ, ਕਿਹਾ ਨਾ ਕਾਗਜ਼ ਕੱਢ, ਸਾਲਾ ਨਾ ਹੋਵੇ ਤਾਂ ਹੋਰ ਹੀ ਗੱਲਾਂ। ਓ ਬਾਈ ਜੀ, ਬਾਈ ਜੀ, ਬਾਈ ਜੀ। ਕੀ ਬਾਈ ਜੀ? ਗਾਲ ਨਾ ਕੱਢ ਸਾਲਿਆ, ਤੇਰੀ ਭੈਣ ਤੇਰੀ ਵੱਡੇ ਦੀ ਸੀ ਨਾ, ਗਾਲ ਨਾ ਕੱਢ। ਸਰਪੰਚ ਸਾਹਿਬ ਆ ਜਾਓ, ਆ ਜਾਓ ਬਜ਼ੁਰਗੋ, ਆ ਜਾਓ, ਨੰਗਿਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਆ ਜਾਓ, ਬੈਠੋ ਬੈਠੋ। ਸਤਿ ਸ਼੍ਰੀ ਅਕਾਲ। ਹਾਂਜੀ, ਦੱਸੋ ਬਜ਼ੁਰਗੋ। ਸੁੱਚਾ ਸਿੰਘ ਹੈ ਪੁੱਤਰ ਮੇਰਾ ਨਾਂ, ਪਮਾਲੀ ਪਿੰਡ ਦਾ ਰਹਿਣ ਵਾਲਾ, ਤੇ ਇਹ ਮੇਰੀ ਧੀ ਰਾਮਪੁਰ ਵਿਆਹੀ ਸੀ। 6 ਮਹੀਨੇ ਪਹਿਲਾਂ ਇੱਕ ਐਕਸੀਡੈਂਟ 'ਚ ਮੇਰੇ ਜੁਆਈ ਦੀ ਮੌਤ ਹੋ ਗਈ। ਪੁੱਤ 10 ਕਿੱਲੇ ਜ਼ਮੀਨ ਸੀ ਉਹਦੇ ਨਾਲ, ਹੁਣ ਇਹਦਾ ਸਹੁਰਾ ਪਰਿਵਾਰ ਨਾ ਤਾਂ ਇਹਨੂੰ ਰੱਖਦਾ ਨਾ ਇਹਦਾ ਹੱਕ ਦਿੰਦਾ। ਰਿਸ਼ਤਾ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਉਹ ਪਰਿਵਾਰ ਵੈਲੀਆਂ ਦਾ ਪਰਿਵਾਰ ਕਹਾਉਂਦਾ। ਵੀਰ, ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ਮੈਨੂੰ ਤੇ ਆਪਣੇ ਇਸ ਮੁੰਡੇ ਦਾ ਹੱਕ ਚਾਹੀਦਾ। ਨਾਲੇ ਮੈਂ ਤਾਂ ਉਸ ਘਰ 'ਚ ਰਹੀ ਲੈਂਦੀ, ਪਰ ਉੱਥੇ ਮੇਰਾ ਸਹੁਰਾ ਤੇ ਮੇਰਾ ਜੇਠ ਉਹ ਮੇਰੇ 'ਤੇ ਠੀਕ ਹੈ ਬਜ਼ੁਰਗੋ, ਤੁਸੀਂ ਉਹਨਾਂ ਨੂੰ ਦੁਬਾਰਾ ਸੁਨੇਹਾ ਭੇਜੋ ਪੰਚਾਇਤ ਬੁਲਾਉਣ ਦਾ। ਇਸ ਵਾਰ ਤੁਹਾਡੇ ਨਾਲ ਮੈਂ ਚੱਲੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਗੱਲ ਗੁੱਲ ਕੀ ਸੁਣਨੀ ਆ ਸਰਪੰਚ ਸਾਹਿਬ, ਕੁੱਤੇ ਦੀ ਪੂੰਛ ਕਦੇ ਸਿੱਧੀ ਹੋਈ ਆ? ਉਹ ਇੱਕ ਗੱਲ ਸੁਣੋ, ਇਹ ਸੁੱਚਾ ਸਿਆਂ ਵਾਰ ਵਾਰ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆ ਜਾਂਦਾ। ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਨਾ ਕਿ ਮੈਂ ਕੋਈ ਜ਼ਮੀਨ ਜ਼ਮੂਨ ਨਹੀਂ ਦੇਣੀ। ਦੇਖੋ ਮਾਸੜਾ, ਇਹਦਾ ਇੱਕੋ ਹੀ ਹੱਲ ਹੈ, ਜਵਾਕ ਸਾਂਭਲਾ ਤੂੰ ਤੇ ਤੇਰੀ ਧੀ ਨੂੰ ਮੈਂ, ਯਾਨੀ ਅਸੀਂ ਸਾਂਭਲਾਂਗੇ। ਵੈਸੇ ਵੀ ਤਾਂ ਸਾਡੀ ਭਾਬੀ ਹੈ। ਉਹ ਰੱਬ ਦਾ ਵਾਸਤਾ, ਇੰਨਾ ਬੰਦਾ ਨਾ ਬੋਲੋ। ਇੱਕ ਮਿੰਟ ਬਜ਼ੁਰਗੋ, ਇੱਕ ਮਿੰਟ। ਇਹ ਲੱਤਾਂ ਦੇ ਭੂਤ ਨੇ ਗੱਲਾਂ ਨਾਲ ਨਹੀਂ ਮੰਨਣੇ। ਉਹ ਤੂੰ ਹੈ ਕੌਣ? ਮੈਂ ਆ ਫੋਟੋ 'ਚ ਜਿਹੜੇ ਮੰਤਰੀ ਦੇ ਬਾਡੀਗਾਰਡ ਬਣੇ ਖੜੇ ਨਾ ਬੰਦੂਕਾਂ ਚੱਕੀ, ਇਹਦੇ ਕੋਲ ਮੇਰਾ ਨਾਂ ਲੈ ਕੇ ਦੇਖੀ, ਜੇ ਧੁਰਤੜੀ ਨਾ ਛੱਡ ਜੇ ਇਹਨੂੰ। ਗਾਂਧੀ ਆ ਮੈਂ, ਖੰਨੇ ਵਾਲਾ। ਗਾਂਧੀ ਆ ਮੈਂ ਫੋਟੋ ਖਿਚਾਉਣ ਨੂੰ ਨਹੀਂ ਰੱਖਿਆ। ਦੇਖ ਵੀਰੇ, ਆ ਤੇਰੀ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ, ਤੇਰਾ ਮੇਰਾ ਵੀ ਕੋਈ ਝਗੜਾ ਨਹੀਂ ਹੈ, ਆਪਾਂ ਬਹਿ ਕੇ ਇਸ ਮਸਲੇ ਦਾ ਰਾਹ ਲੱਭ ਲੈਂਦੇ ਹਾਂ। ਉਹ ਜਿਹੜੀ ਸਾਹਮਣੇ ਖੜੀ ਆ ਨਾ, ਭੈਣ ਹੈ ਮੇਰੀ, ਅਤੇ ਜਿਹੜਾ ਬੰਦਾ ਔਰਤ ਦੀ ਇੱਜ਼ਤ ਨਹੀਂ ਨਾ ਕਰਦਾ,
ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ। ਲੈ ਪੁੱਤ ਇਹ ਵੀ ਕੋਈ ਗੱਲ ਹੈ? ਇਹ ਕਿਹੜਾ ਬਗਾਨਾ ਹੈ? ਸਾਡਾ ਆਪਣਾ ਹੈ, ਸਾਡਾ ਆਪਣਾ ਖੂਨ ਹੈ। ਆ ਜਾ ਮੇਰਾ ਸ਼ੇਰ, ਆ ਜਾ ਮੇਰਾ ਪੁੱਤ, ਆ ਜਾ। ਆਪਾਂ ਕੱਲ ਨੂੰ ਜਾ ਕੇ ਕਚਹਿਰੀ ਦੇ ਵਿੱਚ ਸਾਰਾ ਕੁਛ ਕਰਾ ਦਾਂਗੇ। ਕੱਲ ਨਹੀਂ, ਹੁਣੇ ਸਾਈਨ ਮਾਰੋ। ਵੀਰ ਤੇਰਾ ਅਹਿਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੀ। ਰੱਬ ਬਣ ਕੇ ਆਇਆ ਮੇਰੀ ਜ਼ਿੰਦਗੀ 'ਚ, ਸਾਰੀ ਉਮਰ ਆਪਣੇ ਘਰ 'ਚ ਤੇਰੀ ਫੋਟੋ ਲਾ ਕੇ ਪੂਜਿਆ ਕਰੂੰਗੀ। ਗਾਂਧੀ ਬਾਈ, ਯਾਰ ਇੱਕ ਛੋਟਾ ਜਿਹਾ ਕੰਮ ਸੀ ਬਾਈ। ਮਣੀ ਮਾਜਰੇ ਮੇਰਾ ਇੱਕ ਪਲਾਟ ਹੈ, ਇੱਕ ਮਜ਼ਦੂਰ ਨੂੰ ਤਰਸ ਖਾ ਕੇ ਰਹਿਣ ਲਈ ਦੇ ਦਿੱਤਾ ਸੀ ਬਾਈ। ਮਜ਼ਦੂਰ ਜੋਨੀਓ ਨੂੰ ਨਾਲ ਜੋੜ ਕੇ ਉਹਨੇ ਮੇਰੇ ਪਲਾਟ 'ਤੇ ਕਬਜ਼ਾ ਕਰ ਲਿਆ। ਬਸ ਕਬਜ਼ਾ ਲੈਣਾ ਬਾਈ। ਕੋਈ ਨਹੀਂ, ਅੱਜ ਰਾਤ ਨੂੰ ਹੀ ਕਰਦੇ ਹਾਂ ਤੇਰਾ ਕੰਮ। ਅਜੇ ਆਪ ਕਿਆ ਲੈਣੇ ਆਓ ਸਾਹਿਬ ਜੀ, ਸਭ ਕੁਛ ਤਾਂ ਬਰਬਾਦ ਕਰ ਦਿਆ ਆਪਨੇ। ਤੇਰੀ ਵੀ ਤਾਂ ਗਲਤੀ ਆ, ਕਿਉਂ ਨਜਾਇਜ਼ ਕਬਜ਼ਾ ਕਰਿਆ ਕਿਸੇ ਦੇ ਪਲਾਟ 'ਤੇ? ਕਿਆ ਬਾਤ ਕਰਤੇ ਹੋ ਸਾਹਿਬ ਜੀ, ਹਮ ਕਿਉਂ ਕਬਜ਼ਾ ਕਰੇਗਾ ਸਾਹਿਬ ਜੀ। ਕੱਚਾ ਸੇਠ ਸੇ ਹਮਨੇ 5 ਸਾਲ ਪਹਿਲੇ ਜ਼ਮੀਨ ਖਰੀਦੀ ਥੀ, ਜ਼ਮੀਨ ਕੇ ਆਗੇ ਸੇ ਹਾਈਵੇ ਕਿਆ ਨਿਕਲ ਗਿਆ, ਅਬ ਨਾ ਪੈਸੇ ਦੇਤਾ ਹੈ ਨਾ ਜ਼ਮੀਨ ਕੀ ਰਜਿਸਟਰੀ ਕਰਵਾਤਾ ਹੈ। ਸੱਚ ਕਹਿ ਰਹੇ? ਅਰੇ ਸਾਹਿਬ ਜੀ, ਮੈਂ ਭਲਾ ਝੂਠ ਕਿਉਂ ਬੋਲੂੰ। ਉਹ ਆ ਗਿਆ ਮੇਰਾ ਗਾਂਧੀ ਭਰਾ। ਕੀ ਹੋਇਆ ਬਾਈ? ਸਾਲਿਆ, ਨਸ਼ੇ ਤੇ ਲਾ ਕੇ ਮੇਰੇ ਤੋਂ ਗਲਤ ਕੰਮ ਕਰਵਾਉਣਾ? 7 ਵਜੇ ਨੇ, ਜੇ 2 ਵਜੇ ਤੱਕ ਉਸ ਗਰੀਬ ਦੀ ਰਜਿਸਟਰੀ ਨਾ ਹੋਈ ਤਾਂ ਮੈਂ ਭੁੱਲ ਚੁੱਕਿਆ ਮੈਂ ਤੇਰਾ ਨੂਣ ਖਾਧਾ। ਠੀਕ ਹੈ ਬਾਈ, ਸਮਝ ਗਿਆ। ਚਲੋ ਇੱਥੋਂ। ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾਗੀਆਂ ਸ਼ਗਨਾਂ ਦੇ